ਸਤਿ ਸ਼੍ਰੀ ਅਕਾਲ, ਮੈਂ ਅੰਮ੍ਰਿਤ ਵਰਦੀ ਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਤਾਂ ਅਸੀਂ ਕਿਸੇ ਸਮੱਸਿਆ ਦੀ ਗੱਲ ਕਰਦੇ ਹਾਂ, ਪਰ ਅੱਜ ਜੋ ਨਜ਼ਾਰਾ ਤੁਸੀਂ ਦੇਖ ਰਹੇ ਹੋ, ਜੋ ਤੁਸੀਂ ਹਰ ਪਾਸੇ ਇੱਕ ਸੋਹਣਾ ਜਿਹਾ ਮਾਹੌਲ ਦੇਖ ਰਹੇ ਹੋ, ਤੁਸੀਂ ਵੀ ਸਮਝ ਹੀ ਗਏ ਹੋਵੋਗੇ ਕਿ ਅੱਜ ਕਿਸੇ ਸਮੱਸਿਆ ਦੀ ਗੱਲ ਨਹੀਂ ਕਰਾਂਗੇ, ਬਲਕਿ ਇੱਕ ਬਹੁਤ ਖੂਬਸੂਰਤ ਜਿਹੇ ਮਾਹੌਲ ਦੀ ਗੱਲ ਕਰਾਂਗੇ। ਤੇ ਜਿੰਨਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਸੋਹਣੀਆਂ ਸੋਹਣੀਆਂ ਇਹ ਜਿੰਨੀਆਂ ਵੀ ਲੇਡੀਜ਼ ਨੇ, ਸਾਰੀਆਂ ਤਿਆਰ ਸ਼ਿਆਰ ਹੋਈਆਂ ਨੇ ਔਰ ਇਹ ਪੀਂਘਾਂ ਪਈਆਂ ਹੋਈਆਂ ਨੇ, ਤਾਂ ਤੁਸੀਂ ਸਮਝ ਗਏ ਹੋਵੋਗੇ। ਜੀ ਹਾਂ, ਬਿਲਕੁਲ, ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ। ਜਦੋਂ ਸਾਉਣ ਮਹੀਨਾ ਚੜ੍ਹਦਾ ਹੈ ਤੇ ਤੀਆਂ ਦਾ ਇੱਕ ਤਿਉਹਾਰ ਹੁੰਦਾ ਜਿਹਦੀ ਵੱਖਰੀ ਹੀ ਰੌਣਕ ਹੁੰਦੀ ਹੈ, ਜਿਹਦਾ ਵੱਖਰਾ ਹੀ ਉਤਸ਼ਾਹ ਹੁੰਦਾ ਇਹਨਾਂ ਲੇਡੀਜ਼ ਦੇ ਵਿੱਚ। ਤੇ ਅੱਜ ਅਸੀਂ ਵੀ ਜਿਹੜਾ ਤੀਆਂ ਦਾ ਤਿਉਹਾਰ ਮਨਾਉਣ ਦੇ ਲਈ ਪਹੁੰਚੇ ਹੋਏ ਹਾਂ, ਸਭ ਤੋਂ ਪਹਿਲਾਂ ਦੇਖਦੇ ਹਾਂ ਇਸ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ ਕਿ ਕਿਸ ਤਰ੍ਹਾਂ ਜਿਹੜੀਆਂ ਇਹ ਔਰਤਾਂ ਇਹ ਜਸ਼ਨ ਮਨਾ ਰਹੀਆਂ ਨੇ। ਤਿਉਹਾਰ ਮਨਾ ਰਹੀਆਂ ਨੇ ਔਰਤਾਂ, ਤੁਸੀਂ ਦੇਖ ਲਿਆ ਕਿੰਨਾ ਜੋਸ਼ ਹੈ, ਕਿੰਨਾ ਗਿੱਧਾ ਭੰਗੜਾ ਜਿਹੜਾ ਪਾਇਆ ਜਾ ਰਿਹਾ। ਗੱਲਬਾਤ ਕਰਦੇ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਪ੍ਰੇਮਲਤਾ ਸੂਦ। ਪ੍ਰੇਮਲਤਾ ਜੀ, ਅੱਜ ਕਿੱਦਾਂ ਦਾ ਮਹਿਸੂਸ ਹੋ ਰਿਹਾ? ਬਹੁਤ ਅੱਛਾ ਲੱਗ ਰਿਹਾ, ਮੌਸਮ ਵੀ ਬਹੁਤ ਅੱਛਾ ਹੈ। ਅਸੀਂ ਇੱਥੇ ਤੀਜਾ ਮਨਾਉਣ ਆਏ ਹੋਏ ਹਾਂ। ਵੈਸੇ ਅਸੀਂ ਯੋਗਾ ਦੇ ਮੈਂਬਰ ਹੈ, ਪਰ ਅਸੀਂ ਹਰ ਸਾਲ ਆਉਂਦੇ ਹਾਂ, ਇਸ ਵਾਰੀ ਅਸੀਂ ਇੱਥੇ ਪ੍ਰੋਗਰਾਮ ਹੋ ਰਿਹਾ ਇਸੇ ਕਰਕੇ ਆਏ ਹਾਂ। ਅੱਛਾ ਲੱਗ ਰਿਹਾ, ਵੈਸੇ ਬਹੁਤ ਮੌਸਮ ਸੋਹਣਾ ਹੈ, ਅੱਛਾ ਲੱਗ ਰਿਹਾ, ਸਾਰੇ ਚਾਰੋਂ ਸਜਿਆ ਹੋਇਆ ਬਹੁਤ ਸੋਹਣਾ ਹੈ। ਲੱਗਦਾ ਹੈ ਕਿ ਆਪਣੀਆਂ ਇਹ ਪੁਰਾਣੇ ਰੀਤੀ ਰਿਵਾਜ਼ ਜਿਹੜੇ ਆ, ਬੇਸ਼ੱਕ ਅੱਜ ਕਿਤੇ ਨਾ ਕਿਤੇ ਅਸੀਂ ਬਹੁਤ ਅੱਗੇ ਆ ਗਏ ਹਾਂ, ਪਰ ਜਦੋਂ ਇਹਦਾ ਸਾਰੇ ਲੋਕ ਇਕੱਠੇ ਹੁੰਦੇ ਨੇ ਉਹ ਪੁਰਾਣਾ ਸਮਾਂ ਯਾਦ ਆਉਂਦਾ ਹੈ। ਬਿਲਕੁਲ ਬਿਲਕੁਲ, ਉਹੀ ਆ ਰਿਹਾ ਹੈ। ਅੱਛਾ ਲੱਗ ਰਿਹਾ, ਡਾਂਸ ਕਰਕੇ ਵੀ ਅੱਛਾ ਲੱਗਿਆ ਹੈ। ਵੈਸੇ ਹਰ ਸਾਲ ਜਿੱਦਾਂ ਹੁੰਦਾ ਸੀ ਉਸ ਤੋਂ ਹਟ ਕੇ ਸਾਨੂੰ ਲੱਗਿਆ ਥੋੜ੍ਹਾ ਜਿਹਾ, ਵਧੀਆ ਲੱਗ ਰਿਹਾ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਪਰਮਜੀਤ। ਬਹੁਤ ਸੋਹਣੇ ਲੱਗ ਰਹੇ। ਥੈਂਕ ਯੂ। ਤੇ ਹਰ ਸਾਲ ਮਨਾਉਂਦੇ ਹੋ ਤੀਆਂ ਦਾ ਤਿਉਹਾਰ? ਕਿਤੇ ਨਾ ਕਿਤੇ ਅਸੀਂ ਬਣਾ ਹੀ ਲੈਂਦੇ ਹਾਂ। ਬਹੁਤ ਅੱਛਾ ਲੱਗ ਰਿਹਾ, ਬਹੁਤ ਵਧੀਆ। ਕੀ ਖਾਸ ਕੀ ਕਰਦੇ ਹੋ ਇਸ ਤਿਉਹਾਰ ਦੇ ਮੌਕੇ? ਬਸ ਅਸੀਂ ਝੂਲੇ ਝੂਲਦੇ ਹਾਂ, ਇੰਜੋਏ ਕਰਦੇ ਹਾਂ, ਸਾਰੇ ਖਾਂਦੇ ਪੀਂਦੇ ਹਾਂ ਅਤੇ ਗਿੱਧਾ ਵਗੈਰਾ ਕਰਦੇ ਹਾਂ, ਇੰਜੋਏ ਕਰਦੇ ਹਾਂ ਬਸ। ਅੱਛਾ, ਅੱਜ ਕਿਤੇ ਨਾ ਕਿਤੇ ਜਿਹੜਾ ਅੱਜ ਦੀ ਨੌਜਵਾਨ ਪੀੜ੍ਹੀ, ਅੱਜ ਦੇ ਅਸੀਂ ਬੱਚੇ ਲਗਾ ਲਈਏ, ਉਹ ਕਿਤੇ ਨਾ ਕਿਤੇ ਆਪਣੀਆਂ ਪੁਰਾਣੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਆ, ਪਰ ਜਦੋਂ ਤੁਸੀਂ ਇਸ ਉਮਰ ਦੇ ਵਿੱਚ ਵੀ ਆਣ ਕੇ ਸਾਰੇ ਇਕੱਠੇ ਹੁੰਦੇ ਹੋ, ਸਾਰੀਆਂ ਲੇਡੀਜ਼ ਇਕੱਠੀਆਂ ਹੁੰਦੀਆਂ ਨੇ, ਤਾਂ ਇੱਕ ਰੀਯੂਨੀਅਨ ਹੁੰਦੀ ਹੈ ਜੀ? ਬਹੁਤ ਅੱਛਾ ਲੱਗਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਵੀ ਸਮਝਾਉਂਦੇ ਹਾਂ ਵੀ ਪੁਰਾਣਾ ਕਲਚਰ ਪੁਰਾਣਾ ਹੀ ਹੈ, ਪਰ ਉਹਨਾਂ ਬਿਨਾਂ ਅਸੀਂ ਅਧੂਰੇ ਹਾਂ। ਬਹੁਤ ਵਧੀਆ ਲੱਗਦਾ ਹੈ। ਦੋ ਜਨਰੇਸ਼ਨ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਖੜੀਆਂ ਨੇ, ਇਹ ਇੱਕ ਬਹੁਤ ਛੋਟੀ ਜਿਹੀ ਲੜਕੀ ਹੈ, ਇਹ ਵੀ ਬਹੁਤ ਅੱਗੇ ਹੋ ਕੇ ਗਿੱਧਾ ਭੰਗੜਾ ਪਾ ਰਹੀ ਸੀ। ਇਹਨੂੰ ਪੁੱਛਦੇ ਹਾਂ ਕੀ ਨਾਮ ਹੈ? ਮਨੀਸ਼ਾ। ਮਨੀਸ਼ਾ, ਤੀਆਂ ਦਾ ਮਤਲਬ ਕੀ ਹੈ ਪਤਾ? ਯੈਸ, ਇਹ ਇੱਕ ਤੀਆਂ ਦਾ ਹੁੰਦਾ ਤਿਉਹਾਰ, ਕੁੜੀਆਂ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਨੇ, ਇਹ ਸਹੁਰੇ ਘਰ ਪੇਕੇ ਘਰ ਆਉਂਦੀਆਂ, ਤੀਆਂ ਮਨਾਉਂਦੇ ਨੇ, ਪੀਂਘਾਂ ਵੀ ਅੱਛੀਆਂ ਪੈਂਦੀਆਂ ਨੇ, ਵਧੀਆ ਲੱਗਦਾ ਸਾਨੂੰ, ਅਤੇ ਗਿੱਧਾ ਵੀ ਬਹੁਤ ਅੱਛਾ ਹੈ। ਅਤੇ ਨਾਲ ਦੀਆਂ ਸਹੇਲੀਆਂ ਸਾਰੀਆਂ ਤੀਆਂ ਮਨਾਉਂਦੀਆਂ ਨੇ? ਹਾਂਜੀ, ਨਾਲ ਦੀਆਂ ਸਾਰੀਆਂ ਸਹੇਲੀਆਂ ਆਉਂਦੀਆਂ ਨੇ, ਤੀਆਂ ਮਨਾਉਂਦੀਆਂ ਨੇ, ਬਹੁਤ ਅੱਛਾ ਲੱਗਦਾ ਸਾਨੂੰ, ਯਾਨੀ ਕਿ ਅਸੀਂ ਤੀਆਂ ਮਨਾਉਂਦੇ ਹੀ ਮਨਾਉਂਦੇ ਹਾਂ। ਹਾਂਜੀ, ਪਿਛਲੇ ਟਾਈਮ ਦੇ ਅਕੋਰਡਿੰਗ ਦੇਖੀ ਜਾਵੇ ਤਾਂ ਹੁਣ ਬਹੁਤ ਸਾਰੇ ਫੈਸਟੀਵਲ ਆ ਗਏ ਆ ਨਾ, ਦੀਵਾਲੀ ਆ ਗਈ ਆ, ਹੋਰ ਸਾਰੇ ਫੈਸਟੀਵਲ ਆ, ਉਸ ਹਿਸਾਬ ਦੇ ਨਾਲ ਤੀਆਂ ਜਿਹੜਾ ਵਾ ਉਹ ਹਰ ਕਿਸੇ ਨੂੰ ਸ਼ਾਇਦ ਤੀਆਂ ਦਾ ਮਤਲਬ ਨਹੀਂ ਪਤਾ ਹੋਵੇਗਾ, ਸੋ ਕੀ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹੋਗੇ? ਇਹ ਜਿੱਥੋਂ ਤੱਕ ਤੁਸੀਂ ਦੇਖਦੇ ਆ, ਅੱਜ ਦੀ ਪੀੜ੍ਹੀ 'ਚ ਬੱਚੇ ਪਿਛਲੀ ਵਿਰਸੇ ਨੂੰ ਭੁੱਲਦੇ ਜਾ ਰਹੇ ਨੇ, ਪਰ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਇਸ ਇਹ ਵਿਰਸਾ। ਬਹੁਤ ਸ਼ੁਕਰੀਆ। ਸੋ ਬਿਲਕੁਲ, ਇੱਕ ਬਹੁਤ ਸੋਹਣੀ ਗੱਲ ਇਹਨਾਂ ਨੇ ਕਹੀ ਹੈ ਕਿ ਤੀਆਂ ਦਾ ਤਿਉਹਾਰ ਉਹ ਹੈ ਜਦੋਂ ਇੱਕ ਨਵੀਂ ਵਿਆਹੀ ਕੁੜੀ ਜਿਹੜੀ ਹੈ ਉਹ ਆਪਣੇ ਪੇਕੇ ਘਰ ਆਉਂਦੀ ਹੈ, ਸਾਉਣ ਮਹੀਨਾ ਜਦੋਂ ਚੜ੍ਹਦਾ ਹੈ ਅਤੇ ਜਿਹੜੀ ਨਵੀਂ ਵਿਆਹੀ ਕੁੜੀ ਹੈ ਉਹ ਆਪਣੇ ਪੇਕਿਆਂ ਦੇ ਘਰ ਆ ਜਾਂਦੀ ਹੈ, ਅਤੇ ਪੂਰਾ ਸਾਉਣ ਦਾ ਮਹੀਨਾ ਜਿਹੜਾ ਹੈ ਉਹ ਆਪਣੇ ਪੇਕੇ ਘਰ ਰਹਿੰਦੀ ਹੈ। ਕੀ ਨਾਮ ਹੈ? ਜਸਵਿੰਦਰ ਕੌਰ। ਜਸਵਿੰਦਰ ਕੌਰ, ਤੀਆਂ ਮਨਾਉਂਦੇ ਹੋ ਹਰ ਸਾਲ? ਹਾਂਜੀ। ਕਿਸ ਤਰ੍ਹਾਂ ਮਨਾਉਂਦੇ ਹੋ? ਬਸ ਐਵੇਂ ਘਰ ਤਿਆਰ ਵਿਆਰ ਹੋ ਲੈਂਦੇ ਹਾਂ, ਜੇ ਪ੍ਰੋਗਰਾਮ ਹੁੰਦਾ ਉੱਥੇ ਚਲੇ ਜਾਂਦੇ ਹਾਂ। ਤੀਆਂ ਦੀ ਕੀ ਮਹੱਤਤਾ ਹੈ ਅੱਜ ਦੇ ਸਾਡੇ ਸਮਾਜ ਦੇ ਵਿੱਚ ਵੀ, ਅਤੇ ਪੁਰਾਣੀਆਂ ਤੀਆਂ 'ਚ ਅਤੇ ਅੱਜ ਦੀਆਂ ਤੀਆਂ 'ਚ ਕੀ ਫਰਕ ਹੈ?
ਅੱਜ ਤੱਕ ਤਾਂ ਬੋਲਣ ਹੋਣ ਲੱਗ ਗਿਆ, ਪਹਿਲਾਂ ਕੁਛ ਨਹੀਂ ਸੀਗਾ, ਹੁਣ ਤਾਂ ਬਣਨ ਲੱਗ ਪਈ, ਲੋਕ ਜਾਗ ਪਏ ਪੰਜਾਬੀ ਬੋਲੀ, ਨਹੀਂ ਤਾਂ ਭੁੱਲ ਗਏ ਸੀ। ਇਹ ਮਹਿਲਾਵਾਂ ਜਿਹੜੀਆਂ ਅਕਸਰ ਘਰ ਦੇ ਵਿੱਚ ਕੰਮ ਕਰਦੀਆਂ ਨੇ, ਪਰ ਜਦੋਂ ਬਾਹਰ ਆ ਕੇ ਆਪਣਾ ਕਹਿੰਦੇ ਨੇ ਨਾ ਕਿ ਟੈਲੈਂਟ ਦਿਖਾਉਣ ਦੀ, ਆਪਣੀ ਪ੍ਰਤਿਭਾ ਦਿਖਾਉਣ ਦੀ ਵਾਰੀ ਆਉਂਦੀ ਹੈ ਤਾਂ ਕਿਸੇ ਤੋਂ ਘੱਟ ਨਹੀਂ ਆ। ਇਹ ਆਂਟੀ ਨੇ ਬਹੁਤ ਸੋਹਣੀ ਪੀਂਘ ਚੜਾਈ ਸੀਗੀ, ਮੈਂ ਕਹਿੰਦੀ ਸੀ ਕਿ ਕਹਿੰਦੇ ਨਾ ਕਿ ਆਸਮਾਨ ਛੂ ਰਿਹਾ, ਅੱਜ ਉਹ ਕੰਮ ਕਰ ਦਿੱਤਾ ਸੀ। ਕੀ ਨਾਮ ਹੈ? ਜਸਵੰਤ ਕੌਰ ਜੀ। ਜਸਵੰਤ ਕੌਰ ਜੀ, ਕਿੰਨੀ ਏਜ ਹੈ? ਮੇਰੀ ਜੀ 49 ਏਜ, ਮਤਲਬ ਉਮਰ ਦੇ ਇੱਕ ਪੜਾਅ ਜਦੋਂ ਖਤਮ ਹੋ ਜਾਂਦਾ ਉਸ ਉਮਰ ਦੇ ਵਿੱਚ ਵੀ ਇਹ ਇੰਨੀ ਸੋਹਣੀ ਪਿੰਗ ਚੜਾਈ ਹੈ ਕਿ ਮੈਨੂੰ ਲੱਗਦਾ ਕਿ ਕੋਈ ਸਾਡੇ ਵਰਗੇ ਲੋਕ ਵੀ ਨਹੀਂ ਚੜਾ ਸਕਦੇ। ਸੋ ਇਹ ਪਿੰਗ ਚੜਾਉਣੀ ਕਿੱਥੋਂ ਸਿੱਖੀ ਸੀ? ਜੀ ਪਹਿਲਾਂ ਸਮਝ ਲਓ ਸਾਰੇ ਪਿੰਡਾਂ 'ਚ ਅਸੀਂ ਆਮ ਚੜਾਉਂਦੇ ਸੀ, ਤੀਆਂ ਲੱਗਦੀਆਂ ਸੀ। ਅੱਛਾ, ਸੋ ਬਚਪਨ 'ਚ ਚੜਾਉਂਦੇ ਸੀ ਅਤੇ ਹੁਣ ਹਰ ਸਾਲ ਤੀਆਂ ਮਨਾਉਂਦੇ ਹੋ? ਨਹੀਂ ਜੀ, ਉੱਥੇ ਹੁਣ ਬੰਦ ਕਰਦੀਆਂ ਸੀਗੀਆਂ ਪੰਜਾਬ 'ਚ, ਬੰਦ ਕਰਦੀਆਂ। ਕਿੰਨੇ ਸਾਲ ਬਾਅਦ ਅੱਜ ਪਿੰਗ ਚੜਾਉਣ ਦਾ ਮੌਕਾ ਮਿਲਿਆ? ਪਹਿਲਾਂ ਲੱਗਿਆ ਸੀਗਾ ਇੱਥੇ ਮੇਲਾ, ਉਦੋਂ ਚੜ੍ਹਾਉਣ ਦਾ ਮੌਕਾ ਮਿਲਿਆ ਸੀਗਾ, ਤੇ ਹੁਣ 2-3 ਸਾਲੇ ਲੱਗਿਆ ਨਹੀਂ ਸੀਗਾ, ਤੇ ਹੁਣ ਫੇਰ ਸਾਲਾਂ ਦਾ ਜੋਸ਼ ਮੈਨੂੰ ਲੱਗਦਾ ਅੱਜ ਨਿਕਲਿਆ। ਹੁਣ ਫੇਰ ਸਾਡੇ ਸਨਮਾਨ ਜੋ ਜਗਤਾਰ ਸਿੰਘ ਜੱਗਾ ਨੇ ਇਹ ਬਹੁਤ ਸੋਹਣਾ ਮੇਲਾ ਲਵਾ ਕੇ ਸਾਡੇ ਮਨੀ ਮਾਜਰੇ ਦਾ ਮਾਣ ਵਧਾਇਆ ਤੇ ਸਾਨੂੰ ਮੌਕਾ ਦਿੱਤਾ। ਪਹਿਲਾਂ ਕਹਿੰਦੇ ਸੀ ਰੌਕ ਗਾਰਡਨ ਲੱਗਣਾ, ਚੰਡੀਗੜ੍ਹ ਲੱਗਣਾ, ਅਸੀਂ ਕਿਹਾ ਨਹੀਂ ਵੀ ਸਾਨੂੰ ਇੱਥੇ ਜ਼ਿਆਦਾ ਦੇਖਣ ਨੂੰ ਵਧੀਆ ਮਿਲਦਾ। ਗੱਲ ਕਹੀ ਕਿ ਪਹਿਲਾਂ ਬਚਪਨ ਦੇ ਵਿੱਚ ਜਿਹੜਾ ਸੀ ਤੁਸੀਂ ਤੀਆਂ ਮਨਾਉਂਦੇ ਹੁੰਦੇ ਸੀਗੇ, ਉਸ ਸਮੇਂ ਤੇ ਅੱਜ ਦੇ ਸਮੇਂ 'ਚ ਕੀ ਫਰਕ ਆ ਗਿਆ? ਬਹੁਤ ਫਰਕ ਹੈ, ਬਹੁਤ ਜ਼ਿਆਦਾ, ਤਾਂ ਡੀਜੇ ਹੀ ਰਹਿ ਗਿਆ ਜੀ। ਹਾਂ, ਕੋਈ ਪਹਿਲਾਂ ਕਿਸ ਤਰ੍ਹਾਂ ਮਨਾਉਂਦੇ ਸੀ? ਪਹਿਲਾਂ ਤਾਂ ਇਸ ਤਰ੍ਹਾਂ ਸਾਰੇ ਪਿੰਡ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਗਿੱਧਾ ਪਾਉਣਾ ਤੇ ਬੋਲੀਆਂ ਪਾਉਣੀਆਂ, ਇਸ ਤਰ੍ਹਾਂ ਹੁਣ ਕੋਈ ਨਹੀਂ। ਪਰ ਫਿਰ ਵੀ ਅੱਜ ਕਿਤੇ ਨਾ ਕਿਤੇ ਉਹ ਥੋੜ੍ਹੀ ਬਹੁਤ ਯਾਦ ਤਾਜ਼ਾ ਹੋਈ ਹੈ? ਹਾਂਜੀ, ਉਹ ਤਾਂ ਹੁੰਦਾ ਹੀ ਹੈ ਜੋਸ਼ ਜਾਉਂਦਾ, ਅਤੇ ਬਹੁਤ ਮਨ ਕਰਦਾ ਸੀਗਾ ਵੀ ਹਾਂ ਵੀ ਚਲੋ ਅਸੀਂ ਤਾਂ ਇਹ ਪਿੰਗਾਂ ਦੂਸਰੀ ਤਰ੍ਹਾਂ ਪਾਈਆਂ ਹੋਈਆਂ ਨੇ, ਸਿੰਪਲ ਨਹੀਂ ਪਾਈਆਂ ਹੋਈਆਂ, ਤੇ ਸਿੰਪਲ ਪਾਈਆਂ ਹੁੰਦੀਆਂ ਨੇ ਫਿਰ ਦੋਨੋਂ ਪਾਸੇ। ਮਤਲਬ ਕਿ ਹਜੇ ਤਾਂ ਸ਼ੁਕਰ ਕਰੋ ਪਿੰਗਾਂ ਜਿਹੜੀਆਂ ਸੀਗੀਆਂ ਉਹ ਇਹਨਾਂ ਦੇ ਤਰੀਕੇ ਨਾਲ ਕਹਿੰਦੇ ਨਹੀਂ ਪਾਈਆਂ ਗਈਆਂ, ਨਹੀਂ ਤਾਂ ਅੱਜ ਤਾਂ ਸ਼ਾਇਦ ਕੋਈ ਰੁੱਖ ਵਗੈਰਾ ਟੁੱਟ ਹੀ ਜਾਣੇ ਸੀ। ਕੀ ਨਾਮ ਹੈ? ਗੀਤਾ ਜੀ। ਗੀਤਾ, ਅੱਜ ਤੀਆਂ ਦਾ ਤਿਉਹਾਰ ਮਨਾ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ? ਬਹੁਤ ਅੱਛਾ, ਵੈਰੀ ਗੁੱਡ, ਬਹੁਤ ਅੱਛਾ। ਤੇ ਰੋਜ਼ ਤੁਸੀਂ ਕੀ ਕਹਿੰਦੇ ਹੋ ਕਿ ਵੈਸੇ ਇਸ ਤਰ੍ਹਾਂ ਦਾ ਮਾਹੌਲ ਦੇਖਦੇ ਹੋ? ਹਾਂ, ਨਹੀਂ ਜੀ, ਨੋ, ਪਹਿਲੀ ਗੱਲੀ ਲੱਗੀ ਆ ਜੀ। ਹਾਂਜੀ, ਵੈਸੇ ਕਦੀ ਮਨਾਈਆਂ ਪਹਿਲਾਂ? ਹਾਂਜੀ, ਪਹਿਲਾਂ ਮਨਾਈ ਸੀ, 5-6 ਸਾਲ ਹੋ ਗਏ, ਆ ਵੀ ਮਨਾਈ। ਕਿੱਦਾਂ ਦਾ ਲੱਗ ਰਿਹਾ? ਬਹੁਤ ਅੱਛਾ। ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਲੋਕਾਂ ਨੂੰ ਜਿਹੜੇ ਤੁਹਾਨੂੰ ਦੇਖ ਰਹੇ ਆ? ਥੈਂਕ ਯੂ। ਥੈਂਕ ਯੂ ਕਹਿਣਾ ਚਾਹੋਗੇ? ਤੁਸੀਂ ਦੇਖ ਸਕਦੇ ਹੋ ਤੁਸੀਂ ਕਿਸ ਕਦਰ ਉਤਸ਼ਾਹ ਜਿਹੜਾ ਇਹਨਾਂ ਦੇ ਵਿੱਚ ਹੈ। ਕੀ ਨਾਮ ਹੈ? ਗੁਰਪ੍ਰੀਤ ਕੌਰ। ਗੁਰਪ੍ਰੀਤ ਕੌਰ, ਤੀਆਂ ਮਨਾਉਂਦੇ ਸੀ? ਹਾਂਜੀ, ਹੁਣ ਵੀ ਮਨਾਉਂਦੇ ਆ। ਅੱਛਾ, ਇਹ ਤੁਹਾਡੀ ਬੇਟੀ? ਹਾਂਜੀ। ਤੇ ਅੱਜ ਦੇ ਇਸ ਪੀੜ੍ਹੀ ਦੇ ਵਿੱਚ ਤੇ ਆਪਣੀ ਪੀੜ੍ਹੀ ਦੇ ਵਿੱਚ ਕਿੰਨਾ ਕੁ ਫਰਕ ਦੇਖ? ਬਹੁਤ ਜ਼ਿਆਦਾ, ਬਹੁਤ ਫਰਕ ਦੇਖ। ਹਾਂਜੀ, ਕੀ ਕਹਿਣਾ ਚਾਹੋਗੇ ਸਾਰੇ ਸਾਡੇ ਦੇਸ਼ ਵਿਦੇਸ਼ 'ਚ ਬੈਠੇ ਦਰਸ਼ਕਾਂ ਨੂੰ ਕਿ ਤੀਆਂ ਇੰਜੋਏ ਕਰੋ, ਔਰ ਜੋ ਪਹਿਲੀ ਪੀੜ੍ਹੀ ਸੀ ਉਹ ਬਹੁਤ ਇੰਜੋਏ ਸੀ ਅੱਜ। ਬਿਲਕੁਲ ਜੀ, ਬੇਸ਼ੱਕ ਜਿਹੜਾ ਤੀਆਂ ਦਾ ਤਿਉਹਾਰ ਇੱਥੇ ਲਗਾਇਆ ਗਿਆ, ਹਰ ਇੱਕ ਚੀਜ਼ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਨੈਚੁਰਲ ਤਰੀਕਾ ਜਿਹੜਾ ਹੈ ਉਹ ਫਿਰ ਵੀ ਕਿਤੇ ਨਾ ਕਿਤੇ ਆਰਟੀਫਿਸ਼ਲ ਚੀਜ਼ਾਂ ਦੇ ਵਿੱਚ ਗੁੰਮ ਗਿਆ, ਕਿਤੇ ਜਿਹੜਾ ਪੁਰਾਣਾ ਮਾਹੌਲ ਸੀਗਾ ਉਹ ਕਿਤੇ ਨਜ਼ਰ ਨਹੀਂ ਆਉਂਦਾ, ਪਰ ਫਿਰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਲੋਕ ਜਿਹੜਾ ਇੰਜੋਇਮੈਂਟ ਕਰ ਰਹੇ ਨੇ। ਕੀ ਨਾਮ ਹੈ? ਸਤਵੀਰ। ਸਤਵੀਰ, ਕਿੰਨੇ ਸਾਲ ਹੋ ਗਏ ਵਿਆਹ ਨੂੰ? ਮੇਰੇ 2 ਸਾਲ ਜੀ। ਵਿਆਹ ਤੋਂ ਬਾਅਦ ਜਦੋਂ ਪਹਿਲਾਂ ਸੌਣ ਆਇਆ ਸੀਗਾ, ਪਿੱਕ ਗਏ ਸੀ? ਹਾਂਜੀ, ਗਏ ਸੀ। ਇਸ ਵਾਰ ਗਏ ਹੋ? ਨਹੀਂ। ਲੱਗਦਾ ਹੈ ਤੀਆਂ ਦਾ ਤਿਉਹਾਰ ਜਦੋਂ ਆਉਂਦਾ ਹੈ, ਸਾਉਣ ਮਹੀਨਾ ਜਦੋਂ ਆਉਂਦਾ ਹੈ, ਵਧੀਆ ਲੱਗਦਾ ਹੈ? ਪਹਿਲਾਂ ਨਾਲੋਂ ਕਿੰਨਾ ਕੁ ਫਰਕ ਆ ਗਿਆ ਹੈ? ਕਾਫੀ ਆ ਗਿਆ ਜੀ, ਕਾਫੀ ਆ ਗਿਆ। ਹਾਂਜੀ, ਕਿੱਦਾਂ ਲੱਗਦਾ ਜਦੋਂ ਅੱਜ ਸਾਰੇ ਪਾਸੇ ਇੰਨਾ ਰੌਣਕ ਵਾਲਾ ਮਾਹੌਲ ਦੇਖ ਰਹੇ ਹੋ? ਵਧੀਆ, ਵਧੀਆ। ਹਾਂਜੀ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵਿਆਹੀਆਂ ਕੁੜੀਆਂ ਵੀ ਆਈਆਂ ਹੋਈਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਪਹਿਲਾਂ ਸੌਣ ਦਾ ਮਹੀਨਾ ਜਿਹੜਾ ਸੀਗਾ ਆਪਣੇ ਪੇਕੇ ਘਰ ਕੱਟਿਆ, ਪਰ ਹੁਣ ਜਿੱਦਾਂ ਜਿੱਦਾਂ ਜ਼ਿੰਦਗੀ ਦੇ ਰੁਝੇਵੇਂ ਵੱਧ ਗਏ ਨੇ ਉਸ ਤਰ੍ਹਾਂ ਉਹ ਅੱਗੇ ਨਹੀਂ ਚੱਲ ਸਕਦੀਆਂ। ਕੀ ਨਾਮ ਹੈ? ਹਰਵੰਸ ਕੌਰ। ਹਰਵੰਸ ਕੌਰ ਜੀ, ਤੀਆਂ ਦਾ ਤਿਉਹਾਰ ਮਨਾ ਰਹੇ ਅੱਜ? ਹਾਂਜੀ। ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗਿਆ ਜੀ। ਜਦੋਂ ਤੁਸੀਂ ਛੋਟੇ ਹੁੰਦੇ ਸੀ ਤੁਸੀਂ ਤੀਆਂ ਕਿੱਦਾਂ ਮਨਾਉਂਦੇ ਸੀ? ਇੱਦਾਂ ਹੀ ਮਨਾਉਂਦੇ ਸੀ, ਨਾਭੇ ਮੇਰੇ ਪੇਕੇ ਦੀ, ਮੈਂ ਕੁੜੀਆਂ ਕੋਲ ਆਈ, ਮੈਂ ਆਪਣੇ ਕੋਲ। ਅੱਛਾ, ਪਹਿਲਾਂ ਕੁੜੀਆਂ ਮਾਂ ਪਿਓ ਪਾਉਂਦੀਆਂ ਸੀ, ਅੱਜ ਮਾਪੇ ਕੁੜੀਆਂ ਕੋਲ ਆਏ ਆਏ ਹੋਏ ਨੇ। ਹਾਂ, ਅੱਜ ਮੈਂ ਆਪਣੀ ਗੁੱਡੀ ਕੋਲ ਆਈ ਵੀ ਹਾਂ, ਇਹ ਕਹਿੰਦੀ ਮੰਮੀ ਜਲ ਦਿਖਾ ਕੇ ਲਿਆਵਾਂ। ਸਾਡੇ ਵੀ ਐਵੇਂ ਮਨਾਏ ਜਾਂਦੇ, ਬਹੁਤ ਵਧੀਆ ਮਿਤੀਆਂ ਮਨਾਈਆਂ ਜਾ ਰਹੀਆਂ ਨੇ। ਕਿੱਦਾਂ ਦਾ ਲੱਗ ਰਿਹਾ ਕਿ ਕਦੇ ਬਚਪਨ ਦੇ ਵਿੱਚ ਜਿਹੜੇ ਬੱਚਿਆਂ ਨੂੰ ਤੁਸੀਂ ਤੀਆਂ ਦਾ ਮੇਲਾ ਦਿਖਾਉਣ ਲੈ ਕੇ ਜਾਂਦੇ ਸੀ, ਅੱਜ ਬੱਚੇ ਲੈ ਕੇ ਆਏ? ਬੱਚੇ ਲੈ ਕੇ ਆਏ ਨੇ ਜੀ, ਅਸੀਂ ਬੱਚਿਆਂ ਨੂੰ ਲੈ ਕੇ ਜਾਂਦੇ ਸੀ ਪਹਿਲਾਂ। ਹਾਂਜੀ, ਅੱਜ ਸਾਨੂੰ ਬੱਚੇ ਲੈ ਕੇ ਆਏ ਨੇ। ਬਹੁਤ ਵਧੀਆ ਜੀ। ਹਾਂਜੀ, ਅੱਜ ਤੁਸੀਂ ਆਪਣੇ ਮਦਰ ਨੂੰ ਦਿਖਾਉਣ ਲੈ ਕੇ ਆਏ ਹੋ ਤੀਆਂ, ਕਿੰਨੀ ਕੁ ਤੁਹਾਨੂੰ ਖੁਸ਼ੀ ਮਹਿਸੂਸ ਹੋ ਰਹੀ? ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ। ਜਦੋਂ ਤੁਹਾਨੂੰ ਮੰਮੀ ਲੈ ਕੇ ਜਾਂਦੇ ਸੀ ਤੀਆਂ ਦਿਖਾਉਣ, ਉਦੋਂ ਦੀਆਂ ਤੀਆਂ ਵਧੀਆ ਸੀ ਕਿ ਜਿਹੜੀਆਂ ਤੁਸੀਂ ਮੰਮੀ ਨੂੰ ਦਿਖਾਉਣ ਲੈ ਕੇ ਆਏ ਉਹ ਵਧੀਆ? ਉਦੋਂ ਮਤਲਬ ਕਿ ਇੰਨਾ ਅਰੇਂਜਮੈਂਟ ਹੁੰਦਾ ਨਹੀਂ ਸੀ, ਆਮ ਮਨਾਉਂਦੇ ਸੀ ਪਿੰਡਾਂ ਦੇ ਵਿੱਚ, ਪਰ ਇਹ ਹਾਂਜੀ ਘਰੇਲੂ ਤਰੀਕੇ ਗੱਲ, ਹੁਣ ਮਤਲਬ ਕਿ ਆਪਣਾ
ਤੁਹਾਡੇ ਮੰਮਾ ਆਏ ਨਾਲ ਨਾਲ ਨਾਨੀ ਵੀ ਆਏ ਆ ਤੀਆਂ ਦਾ ਪਤਾ ਕੀ ਹੁੰਦਾ ਕੀ ਹੁੰਦੀਆਂ ਨੇ ਉਸ ਚ ਨਾ ਝੂਟੇ ਚਾਉਂਦੇ ਆ ਸਭ ਨੇ ਅੱਛਾ ਹੋਰ ਕਿੱਦਾਂ ਦਾ ਲੱਗ ਰਿਹਾ ਥਾ ਤਿੰਨ ਪੀੜੀਆਂ ਤੁਸੀਂ ਦੇਖ ਸਕਦੇ ਹੋ ਇੱਕ ਜਿਹੜੀ ਬੱਚੀ ਹੈ ਇੱਕ ਧੀ ਹੈ ਇੱਕ ਮਾਂ ਹੈ ਤੇ ਫਿਰ ਨਾਲ ਅੱਗੋਂ ਉਹਦੀ ਨਾਨੀ ਹੈ ਸੋ ਇੱਕ ਬਹੁਤ ਸੋਹਣਾ ਜਿਹੜਾ ਕਹਿੰਦੇ ਨੇ ਕਿ ਸੁਮੇਲ ਬਣਿਆ ਹੋਇਆ ਤੇ ਇੱਕ ਉਸ ਤੋਂ ਵੀ ਜ਼ਿਆਦਾ ਖੁਸ਼ੀ ਦੀ ਗੱਲ ਹੁੰਦੀ ਹੈ ਕਿ ਜਿਹੜੇ ਬੱਚਿਆਂ ਨੂੰ ਮਾਂ ਪਿਓ ਕਦੇ ਮੇਲਿਆਂ ਦੇ ਵਿੱਚ ਲੈ ਕੇ ਜਾਂਦੇ ਸੀਗੇ ਅੱਜ ਉਹ ਧੀਆਂ ਜਿਹੜੀਆਂ ਨੇ ਉਹ ਆਪਣੇ ਮਾਂ ਪਿਓ ਨੂੰ ਅੱਗੇ ਲੈ ਕੇ ਜਾ ਰਹੀਆਂ ਨੇ ਸੋ ਇੱਕ ਬਹੁਤ ਸੋਹਣੀ ਮਿਸਾਲ ਪੇਸ਼ ਕੀਤੀ ਹੈ ਇਹਨਾਂ ਧੀਆਂ ਨੇ ਉਹਨਾਂ ਮਾਪਿਆਂ ਦੇ ਲਈ ਜਿਹੜੇ ਕਹਿੰਦੇ ਨੇ ਕਿ ਹਾਂ ਅਸੀਂ ਧੀਆਂ ਨੂੰ ਇਸ ਕਰਕੇ ਕੁੱਖ 'ਚ ਮਾਰ ਦਿੰਦੇ ਹਾਂ ਕਿ ਧੀਆਂ ਜਿਹੜੀਆਂ ਨੇ ਉਹ ਅੱਗੇ ਜਾ ਕੇ ਮਾਂ ਪਿਓ ਦਾ ਸਹਾਰਾ ਨਹੀਂ ਬਣਦੀਆਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਪੇਸ਼ ਕਰ ਰਹੀਆਂ ਨੇ ਅਸਲ ਪੰਜਾਬ ਜਿਹੜਾ ਹੈ ਉਹ ਇਹਨਾਂ ਬਜ਼ੁਰਗਾਂ ਦੇ ਨਾਲ ਹੀ ਹੁੰਦਾ ਸੰਬੰਧ ਅਸਲ ਧੀਆਂ ਦਾ ਮਜ਼ਾ ਵੀ ਜਿਹੜਾ ਹੈ ਉਹ ਇਹਨਾਂ ਨੇ ਲਿਆ ਕਿਉਂਕਿ ਜਿਹੜਾ ਇਹਨਾਂ ਦੇ ਸਮੇਂ ਦੇ ਵਿੱਚ ਜਿਹੜਾ ਧੀਆਂ ਦਾ ਤਿਉਹਾਰ ਮਨਾਇਆ ਜਾਂਦਾ ਸੀ ਉਹ ਅੱਜ ਕਿਤੇ ਨਾ ਕਿਤੇ ਉਹਦੀ ਰੰਗਤ ਫਿੱਕੀ ਪੈਂਦੀ ਹੈ ਬੀਜੀ ਕੀ ਨਾਮ ਹੈ ਮਲਕੀਤ ਕੌਰ ਤੇ ਅੱਜ ਧੀਆਂ ਦਾ ਇੱਥੇ ਤਿਉਹਾਰ ਮਨਾਇਆ ਜਾ ਰਿਹਾ ਕਿੱਦਾਂ ਦਾ ਲੱਗ ਰਿਹਾ ਸੋਹਣਾ ਲੱਗਦਾ ਪਰ ਜਿਹੜਾ ਤੁਸੀਂ ਮਨਾਉਂਦੇ ਹੁੰਦੇ ਸੀਗੇ ਉਹ ਵਧੀਆ ਸੀ ਕਿ ਇਹ ਵਧੀਆ ਤਾਂ ਇਹ ਤਾਂ ਐ ਕੰਜਰ ਖਾਣਾ ਹੀ ਹੈ ਅੱਛਾ ਤੇ ਆਪਣੇ ਵਾਲਾ ਤੁਹਾਡੇ ਤੇ ਕੀ ਫਰਕ ਹੁੰਦਾ ਸੀ ਕਿੱਦਾਂ ਮਨਾਉਂਦੇ ਸੀ ਤਿਉਹਾਰ ਬਸ ਮੈਂ ਝੂਟੇ ਪਾ ਦਿੰਦੇ ਤੇ ਝੂਟਦੀਆਂ ਤੀਆਂ ਗੀਤ ਗਾਉਂਦੀਆਂ ਤੇ ਗਿੱਧੇ ਪਾਉਂਦੀਆਂ ਤੀਆਂ ਬਸ ਤੇ ਖਾਣ ਵਾਸਤੇ ਖਾਣ ਵਾਸਤੇ ਬਥੇਰਾ ਕੁਛ ਹੁੰਦਾ ਤਾਂ ਘਿਓਰ ਖੀਰ ਪੂੜੇ ਕਰਦੇ ਤੇ ਤੀਆਂ ਵਾਲੇ ਦਿਨ ਘਿਓਰ ਆਉਂਦੇ ਸੰਧਾਰੇ ਆਉਂਦੇ ਤੇ ਅੱਜ ਆਉਂਦਾ ਸਭ ਕੁਛ ਉਹ ਹੁਣ ਕਿੱਥੇ ਰਿਹਾ ਹੁਣ ਤਾਂ ਪੈਸੇ ਲੈ ਲੈਂਦੀਆਂ ਕੁੜੀਆਂ ਹੁਣ ਤਾਂ ਖੀਰ ਪੂੜੇ ਵੀ ਬਾਜ਼ਾਰੋਂ ਮਿਲਦੇ ਆ ਖੀਰ ਪੂੜੇ ਦਾ ਕਰਦੇ ਹੀ ਨਹੀਂ ਕੋਈ ਗਰਮੀ ਲੱਗਦੀ ਹੈ ਕਹਾ ਗੈਸਾਂ ਪਰ ਵੀ ਇੱਕ ਚੁੱਲ੍ਹਾ ਔਰ ਪਕਾਉਂਦੇ ਜੀ ਇਹ ਸੱਚੀਆਂ ਗੱਲਾਂ ਕਹੀਆਂ ਨੇ ਇਹਨਾਂ ਨੇ ਸੱਚੀਆਂ ਗੱਲਾਂ ਕਹੀਆਂ ਨੇ ਕਿ ਉਸ ਸਮੇਂ ਜਿਹੜਾ ਹੈ ਉਹ ਖੀਰ ਪੂੜੇ ਇੱਕ ਰਵਾਇਤ ਹੁੰਦੀ ਹੈ ਕਿ ਸੌਣ ਦਾ ਮਹੀਨਾ ਜਦੋਂ ਚੜ੍ਹਦਾ ਹੈ ਖੀਰ ਪੂੜੇ ਖਾਣਾ ਬਹੁਤ ਜ਼ਰੂਰੀ ਹੁੰਦਾ ਸੀ ਅਤੇ ਘਰ ਦੇ ਵਿੱਚ ਬਣਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਸੀ ਪਰ ਅੱਜ ਇਹਨਾਂ ਨੇ ਬਿਲਕੁਲ ਸਹੀ ਗੱਲ ਕਹੀ ਕਿ ਜਿੱਥੇ ਬਣਾਉਣ ਤੋਂ ਗੁਰੇਜ਼ ਕਰਨ ਲੱਗ ਗਈਆਂ ਨੇ ਸਾਰੇ ਬਣਾਉਣ ਤੋਂ ਪਰਹੇਜ਼ ਕਰਦੇ ਨੇ ਉੱਥੇ ਖਾਣ ਤੋਂ ਵੀ ਪਰਹੇਜ਼ ਕਰਨ ਲੱਗ ਗਏ ਨੇ ਖਾਂਦੇ ਵੀ ਨਹੀਂ ਹੈ ਖਾਂਦੇ ਵੀ ਨਹੀਂ ਹੈ ਦੁੱਧ ਵਾਲੀਆਂ ਚੀਜ਼ਾਂ ਨਹੀਂ ਖਾਂਦੇ ਖਾਂਦੇ ਨੇ ਤਲੀ ਵੀ ਚੀਜ਼ਾਂ ਵਿਗਾੜ ਕਰਨ ਲੱਗ ਗਈਆਂ ਈਦ ਨੂੰ ਸੇਮੀਆਂ ਕੀ ਬੁਰਾ ਤੇ ਅੱਜ ਕਿੱਦਾਂ ਦਾ ਲੱਗ ਰਿਹਾ ਇੱਥੇ ਧੀਆਂ ਮਨਾ ਰਹੇ ਨਾ ਠੀਕ ਹੈ ਠੀਕ ਹੈ ਠੀਕ ਹੈ ਹਾਂ ਵਧੀਆ ਲੱਗਦਾ ਕੀ ਨਾਮ ਹੈ ਬੀਜੀ ਬਹੁਤ ਅੱਛਾ ਅੱਜ ਇੱਥੇ ਸਾਰੇ ਪਾਸੇ ਤੁਸੀਂ ਦੇਖ ਰਹੇ ਹੋ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਕੁੜੀਆਂ ਨਵੇਂ ਨਵੇਂ ਕੱਪੜੇ ਪਾ ਕੇ ਆਈਆਂ ਹੋਈਆਂ ਨੇ ਕਿੰਨਾ ਕੁ ਵਧੀਆ ਲੱਗਦਾ ਜਦੋਂ ਪੁਰਾਣਾ ਸੱਭਿਆਚਾਰ ਯਾਦ ਕੀਤਾ ਜਾਂਦਾ ਅੱਛਾ ਲੱਗ ਰਿਹਾ ਮਨ ਲੱਗ ਰਿਹਾ ਕਿ ਆਸ ਜਾਏ ਨਾ ਹਾਂ ਤੁਸੀਂ ਕਿੱਦਾਂ ਮਨਾਉਂਦੇ ਸੀ ਤੀਆਂ ਸਾਡੇ ਪਿੰਡਾਂ ਵਿੱਚ ਘਰਾਂ ਵਿੱਚ ਤਾਂ ਇਦਾਂ ਹੀ ਮਨਾਉਂਦੇ ਆ ਬਈ ਮਠਾਈਆਂ ਬਣਾ ਲਈਆਂ ਖਾਣਾ ਪੀਣਾ ਜੋ ਖੀਰ ਪੂਰੀ ਬਣਾ ਲਈਆਂ ਹੋਰ ਕੁਛ ਬਣਾ ਲਿਆ ਜਿੱਦਾਂ ਮਹਿੰਦੀਆਂ ਲਾ ਲਈਆਂ ਸੱਜ ਵੱਜ ਕੇ ਮਤਲਬ ਤਾਂ ਸਾਰਾ ਕੁਛ ਕਰਦੇ ਕੀ ਨਾਮ ਹੈ ਜੀ ਮਹਿੰਦਰ ਕੌਰ ਮਹਿੰਦਰ ਕੌਰ ਜੀ ਜਦੋਂ ਕੁੜੀ ਦਾ ਵਿਆਹ ਹੁੰਦਾ ਹੈ ਨਵਾਂ ਤੇ ਕਹਿੰਦੇ ਨੇ ਕਿ ਪਹਿਲਾਂ ਸੌਣ ਮਹੀਨਾ ਕੁੜੀ ਆਪਣੇ ਪੇਕੇ ਘਰ ਕੱਟਣ ਆਉਂਦੀ ਇਹਦੇ ਪਿੱਛੇ ਕੀ ਰਿਵਾਜ਼ ਹੈ ਪਤਾ ਨਹੀਂ ਜੀ ਦੇਖੋ ਹਾਂ ਇਤਨਾ ਤਾਂ ਮਾਲਮ ਨਹੀਂ ਹੈ ਕੱਢਦੇ ਸੀਗੇ ਜ਼ਰੂਰ ਸੌਣ ਦਾ ਮਹੀਨਾ ਕੱਢਦੇ ਜੀ ਉਸ ਕੁੜੀ ਨੂੰ ਆਪਣੇ ਪੇਕੇ ਲੈ ਆਉਂਦੇ ਸੀ ਤੇ ਅੱਜ ਕੱਲ੍ਹ ਕੁੜੀਆਂ ਨਹੀਂ ਕੱਟਦੀਆਂ ਨਹੀਂ ਕਿੱਥੇ ਕੱਟਦੀਆਂ ਜੀ ਹੁਣ ਕੱਲ੍ਹ ਕਿੱਥੇ ਕੱਟਦੀਆਂ ਹੈਗੀਆਂ ਹਾਂਜੀ ਸੋ ਬਿਲਕੁਲ ਇੱਕ ਤਸਵੀਰ ਜਿਹੜੀ ਹੈ ਉਹ ਇਸ ਪਾਸੇ ਹੈ ਤੇ ਇੱਕ ਤਸਵੀਰ ਜਿਹੜੀ ਹੈ ਉਹ ਇੱਕ ਪਾਸੇ ਹੈ ਦੋਨੋਂ ਜਿਹੜਾ ਹੈ ਉਹ ਪੰਜਾਬ ਦੇ ਸੱਭਿਆਚਾਰ ਨੂੰ ਬਿਆਨ ਕਰ ਰਹੀਆਂ ਨੇ ਇੱਕ ਪੁਰਾਣਾ ਪੰਜਾਬ ਹੈ ਤੇ ਇੱਕ ਨਵਾਂ ਪੰਜਾਬ ਹੈ ਪਰ ਇਸ ਨਵੇਂ ਪੰਜਾਬ ਦੇ ਵਿੱਚ ਵੀ ਪੁਰਾਣੇ ਪੰਜਾਬ ਦੀ ਝਲਕ ਜਿਹੜੀ ਦਿਖਾਈ ਦੇ ਰਹੀ ਹੈ ਸਭ ਤੋਂ ਪਹਿਲਾਂ ਇੱਕ ਸੋਹਣੀ ਜਿਹੀ ਬੋਲੀ ਪਾ ਕੇ ਦਿਖਾ ਦਿਓ ਸਾਡੇ ਦਰਸ਼ਕਾਂ ਨੂੰ ਸਾਰਿਆਂ ਨੂੰ ਦਾਦਕੀਆਂ ਨੂੰ ਕਿਉਂ ਜਿਹੜਾ ਹੈ ਉਹ ਗਾਲਾਂ ਕੱਢੀਆਂ ਜਾਂਦੀਆਂ ਨੇ ਦਾਦਕੀਆਂ ਵਾਲੇ ਆਏ ਆ ਤੇ ਉਹ ਦਾਦਕੀਆਂ ਨੂੰ ਦਾਦਕੀਆਂ ਵਾਲੇ ਲਾਗੇ ਵਿੱਚ ਤਾਂ ਇਸ ਕਰਕੇ ਅਸੀਂ ਦਾਦਕੀਆਂ ਲਈ ਬੋਲ ਰਹੇ ਆ ਵਿਆਹ ਹੁੰਦੇ ਉਦੋਂ ਵੀ ਕਹਿੰਦੇ ਨਾਨਕਾ ਮੇਲ ਆ ਗਿਆ ਕਦੀ ਦਾਦਕਾ ਮੇਲ ਨਹੀਂ ਸੁਣਿਆ ਕਿਉਂਕਿ ਦਾਦਕੀਆਂ ਨੇ ਨਾਨਕਿਆਂ ਨੂੰ ਰਿਪਲਾਈ ਕਰਨਾ ਹੁੰਦਾ ਇਸ ਕਰਕੇ ਪਹਿਲਾਂ ਜਿਹੜੇ ਨਾਨਕੇ ਗਏ ਹਾਂ ਇਸ ਕਰਕੇ ਤਾਂ ਕਰਕੇ ਨਾਨਕੇ ਦਾ ਪੱਲੜਾ ਭਾਰੀ ਹੋ ਜਾਂਦਾ ਹੋਰ ਕੀ ਅੱਜ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਸੋ
ਖੜੇ ਨੇ ਪਿੱਛੇ ਬਜ਼ੁਰਗ ਜਿਹੜੇ ਆਪਣੇ ਟਾਈਮ ਦੇ ਵਿੱਚ ਤੀਆਂ ਮਨਾਉਂਦੇ ਸੀ ਅੱਜ ਅਸੀਂ ਦੇਖ ਰਹੇ ਹਾਂ ਕਿ ਬਹੁਤ ਵੱਡਾ ਇੱਕ ਮੇਲਾ ਲੱਗਾ ਹੋਇਆ ਹੈ ਬਹੁਤ ਵੱਡਾ ਇਕੱਠ ਹੋਇਆ ਹੈ ਲੋਕ ਆਏ ਹੋਏ ਨੇ ਦੂਰੋਂ ਦੂਰੋਂ ਪਰ ਪੁਰਾਣੀ ਜਿਹੜੀ ਆ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਨੇ ਹਾਂਜੀ ਹਾਂਜੀ ਬਹੁਤ ਪਹਿਲੇ ਤਾਂ ਪਿੰਗਾਂ ਪੈਂਦੀਆਂ ਸੀ ਬਹੁਤ ਅੱਛਾ ਲੱਗਦਾ ਸੀਗਾ ਹੁਣ ਇੱਦਾਂ ਲੱਗਦਾ ਸੀ ਪੁਰਾਣੇ ਉਸ 'ਚ ਚਲੇ ਗਏ ਹਾਂ ਸੱਭਿਆਚਾਰ 'ਚ ਯੂਜਲੀ ਜਦੋਂ ਅਸੀਂ ਅੱਜ ਕੱਲ੍ਹ ਗੱਲ ਕਰਦੇ ਹਾਂ ਅਕਸਰ 'ਤੇ ਤਾਂ ਇਹ ਵਾਲਾ ਪਹਿਰਾਵਾ ਜਿਹੜਾ ਹੈ ਉਹ ਪਚਦਾ ਵੀ ਨਹੀਂ ਹੈ ਕੁੜੀਆਂ ਨੂੰ ਅਤੇ ਪਾ ਵੀ ਨਹੀਂ ਸਕਦੀਆਂ ਸੋ ਇੰਨੀ ਗਰਮੀ ਦੇ ਵਿੱਚ ਵੀ ਇੰਨਾ ਪਹਿਰਾਵਾ ਪਾਇਆ ਹੋਇਆ ਕਿਸੇ ਤਰ੍ਹਾਂ ਦਾ ਕੋਈ ਅਨਕੰਫਰਟੇਬਲ ਤਾਂ ਨਹੀਂ ਲੱਗਦਾ ਅੱਛਾ ਲੱਗ ਰਿਹਾ ਸਗੋਂ ਔਰ ਮੈਨੂੰ ਲੱਗਦਾ ਕਿਉਂਕਿ ਇਹ ਉਹ ਪਹਿਰਾਵਾ ਹੈ ਜਿਹਨੂੰ ਜਦੋਂ ਵੀ ਪਾ ਲਓ ਇੱਕ ਪੰਜਾਬਣ ਵਾਲੀ ਫੀਲ ਆਉਂਦੀ ਆਉਂਦੀ ਬਿਲਕੁਲ ਆਉਂਦੀ ਹੈ ਜੀ ਬਿਲਕੁਲ ਆਉਂਦੀ ਹੈ ਸੋ ਅੱਜ ਤੀਆਂ ਦਾ ਤਿਉਹਾਰ ਕਿਸ ਤਰ੍ਹਾਂ ਮਨਾ ਰਹੇ ਹੋ ਕੀ ਸਪੈਸ਼ਲ ਹੈ ਅਸੀਂ ਤਾਂ ਗਿੱਧਾ ਕਰ ਰਹੇ ਹਾਂ ਅਸੀਂ ਮਿਊਂਸਪਲ ਕਾਰਪੋਰੇਸ਼ਨ ਦੇ ਇੰਪਲੋਈਜ਼ ਆ ਸਾਰੇ ਅਸੀਂ ਗਿੱਧਾ ਕਰ ਰਹੇ ਹਾਂ ਹਾਂ ਬਹੁਤ ਵਧੀਆ ਗੱਲ ਹੈ ਕਿ ਇਹ ਕਾਰਪੋਰੇਸ਼ਨ ਦੇ ਨਗਰ ਨਿਗਮ ਦੇ ਮੁਲਾਜ਼ਮ ਹੋਣ ਦੇ ਨਾਤੇ ਜਿਹੜਾ ਹੈ ਇੱਕ ਤਿਉਹਾਰ ਨੂੰ ਬਹੁਤ ਬਖੂਬੀ ਜਿਹੜਾ ਮਨਾ ਰਹੇ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਮਨਾ ਰਹੇ ਅਕਸਰ ਰੋਜ਼ ਕੰਮ ਕਰਨਾ ਹੁੰਦਾ ਹੈ ਅਤੇ ਅੱਜ ਕੰਮ ਕੀਤਾ ਸੀ ਅੱਜ ਸਾਡੀ ਛੁੱਟੀ ਸੀਗੀ ਪਰ ਅਸੀਂ ਫਿਰ ਵੀ ਕੰਮ ਕੀਤਾ ਅਸੀਂ ਖੂਬ ਪ੍ਰੈਕਟਿਸ ਕੀਤੀ ਹੈ ਤਾਂ ਕਿ ਅਸੀਂ ਆਪਣੇ ਫੰਕਸ਼ਨ 'ਤੇ ਆਪਣਾ 100% ਦੇ ਸਕੀਏ ਅੱਛਾ ਸੋ ਆਫਿਸ ਦੇ ਸਟਾਫ ਵੱਲੋਂ ਕਿੱਦਾਂ ਦਾ ਕੋਆਪਰੇਸ਼ਨ ਮਿਲਿਆ ਸਹਿਯੋਗ ਮਿਲਿਆ ਸਾਰਾ ਬਹੁਤ ਅੱਛਾ ਮੈਮ ਬਹੁਤ ਅੱਛਾ ਉਹ ਬੜੇ ਪ੍ਰੇਜ਼ ਕਰਦੇ ਆ ਕਿ ਅੱਛੀ ਗੱਲ ਆ ਤੁਸੀਂ ਆਫਿਸ ਦਾ ਕੰਮ ਕਰਕੇ ਵੀ ਫਿਰ ਆਪਣੇ ਇਸ ਕਲਚਰਲ ਪ੍ਰੋਗਰਾਮ ਵਾਸਤੇ ਵੀ ਟਾਈਮ ਕੱਢਦੇ ਹੋ ਕਿੰਨੇ ਹਰ ਸਾਲ ਕਰਦੇ ਹੋ ਇਸ ਪ੍ਰੋਗਰਾਮ ਅਭੀ ਲਾਸਟ ਟਾਈਮ ਮਈ ਵਿੱਚ ਸਾਡਾ ਹੋਇਆ ਸੀ ਪ੍ਰੋਗਰਾਮ ਵਿਸਾਖੀ ਦਾ ਪ੍ਰੋਗਰਾਮ ਉਹ ਕੀਤਾ ਸੀ ਇਸ ਕਰਕੇ ਦੈਟ ਇਜ਼ ਵਾਈ ਉਹਨਾਂ ਨੇ ਕਿਹਾ ਵੀ ਇਹ ਸੇਮ ਪ੍ਰੋਗਰਾਮ ਦੁਆਰਾ ਉਹ ਕੀਤਾ ਜਾਵੇ ਅੱਜ ਦੀ ਨੌਜਵਾਨ ਪੀੜ੍ਹੀ ਦੀ ਜਦੋਂ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਆ ਸਾਰੇ ਸੋ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਮੈਡਮ ਇੱਦਾਂ ਕਿ ਅਸੀਂ ਜਦੋਂ ਆਪਣੇ ਆਪ ਨੂੰ ਬੜਾ ਯੰਗ ਫੀਲ ਕਰਦੇ ਹਾਂ ਜਾਂ ਕਿ ਸਾਡੀ ਅਸੀਂ ਅਬਵ 40 ਹੈਗੇ ਲੇਕਿਨ ਫਿਰ ਵੀ ਅਸੀਂ ਆਪਣੇ ਆਪ ਨੂੰ ਬਹੁਤ ਯੰਗ ਫੀਲ ਕਰਦੇ ਹਾਂ ਕਿਉਂ ਇਹ ਕਲਚਰ ਜਿਹੜਾ ਸਾਨੂੰ ਆਪਣੀ ਆਪਣੇ ਸਾਰਾ ਵਿਰਾਸਤ ਹੈਗੀ ਨਾ ਇਹ ਕਦੀ ਭੁੱਲਣੀ ਨਹੀਂ ਚਾਹੀਦੀ ਔਰ ਇਸ ਦੇ ਵਿੱਚ ਹੀ ਸਾਨੂੰ ਆਪਣੀ ਸਾਡੀ ਮਾਂ ਬੋਲੀ ਹੈ ਪੰਜਾਬੀ ਅਸੀਂ ਨੱਚਦੇ ਟੱਪਦੇ ਖੇਡਦੇ ਆਪਣੇ ਆਪ ਨੂੰ ਉੱਦਾਂ ਹੀ ਜਵਾਨ ਫੀਲ ਕਰਦੇ ਹਾਂ ਜਿੱਦਾਂ ਅਸੀਂ ਪਹਿਲਾਂ ਸੀ ਮੈਨੂੰ ਲੱਗਦਾ ਜਦੋਂ ਉਮਰ ਦੀ ਗੱਲ ਆਉਂਦੀ ਹੈ ਤਾਂ ਹਮੇਸ਼ਾ ਕਹਿੰਦੇ ਨੇ ਕਿ ਕੁੜੀਆਂ ਉਮਰ ਲੁਕਾਉਂਦੀਆਂ ਨੇ ਅਤੇ ਉਮਰ ਦਾ ਆਪਣਾ ਝੂਠ ਬੋਲ ਦਿੰਦੀਆਂ ਨੇ ਪਰ ਅੱਜ ਇਹਨਾਂ ਨੇ ਜਿਹੜੀ ਆਪਣੀ ਅਸਲ ਉਮਰ ਦੱਸੀ ਹੈ ਮੈਨੂੰ ਉੱਥੋਂ ਲੱਗਣ ਲੱਗ ਗਿਆ ਕਿ ਇਹ ਝੂਠ ਬੋਲ ਕੇ ਜਾਣ ਬੁੱਝ ਕੇ ਜ਼ਿਆਦਾ ਦੱਸ ਰਹੇ ਨੇ ਕਿਉਂਕਿ ਇਹ ਬਿਲਕੁਲ ਵੀ ਜਿਹੜਾ ਹੈ ਉਹ ਉਮਰ ਤੋਂ ਲੱਗਦੇ ਨਹੀਂ ਹੈ ਕਿ 40 ਹੋਣਗੇ ਜਾਂ 40+ ਹੋਣਗੇ ਇਹ ਸਾਰੀਆਂ 20-22 ਸਾਲ ਦੀਆਂ ਲੱਗ ਰਹੀਆਂ ਨੇ ਅਸੀਂ ਖੁਦ ਫੰਕਸ਼ਨ ਤੋਂ ਬਾਅਦ ਆਪਣੇ ਆਪ ਨੂੰ ਇੰਨਾ ਪਿੱਛੇ ਚਲੇ ਜਾਂਦੇ ਨਾ ਸਾਨੂੰ ਲੱਗਦਾ ਅਸੀਂ 10-15 ਸਾਲ ਪਿੱਛੇ ਜਾ ਚੁੱਕੇ ਹਾਂ ਸਾਨੂੰ ਖੁਦ ਨੂੰ ਇਹ ਫੀਲ ਹੁੰਦਾ ਸੌਣ ਦਾ ਮਹੀਨਾ ਹੈ ਪੇਕੇ ਜਾਂਦੇ ਹੋ ਪੇਕੇ ਚਾਹੀਦਾ ਹੈ ਛੁੱਟੀਆਂ 'ਚ ਜ਼ਰੂਰ ਚਾਹੀਦਾ ਸੌਣ ਦੇ ਮਹੀਨੇ ਵੀ ਚਾਹੀਦਾ ਮਹਿੰਦੀ ਅਸੀਂ ਬੜੇ ਚਾਵਾਂ ਨਾਲ ਲਗਾਈ ਹੈ ਤੀਜਾਂ ਦੇ ਤੀਜਾਂ ਕਰਕੇ ਜਿਹੜੇ ਸਾਡੇ ਦਰਸ਼ਕ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਰਹੋ ਜਿੱਥੇ ਮਰਜ਼ੀ ਲੇਕਿਨ ਆਪਣੇ ਵਿਰਸੇ ਨਾਲ ਆਪਣੀ ਧਰਤੀ ਨਾਲ ਜ਼ਰੂਰ ਜੁੜੇ ਰਹੋ ਕਿਉਂਕਿ ਜੋ ਸਾਨੂੰ ਆਪਣੇ ਪੂਰਵਜਾਂ ਤੋਂ ਅਸੀਂ ਸਿੱਖਿਆ ਉਹ ਅਸੀਂ ਕਦੀ ਭੁੱਲ ਨਹੀਂ ਸਕਦੇ ਔਰ ਜਿੰਨਾ ਅਸੀਂ ਇੰਜੋਏ ਜਿੰਨਾ ਅਸੀਂ ਆਪਣੇ ਇਹਨਾਂ ਨੂੰ ਕਰ ਸਕਦੇ ਹਾਂ ਔਰ ਕਿਤੇ ਵੀ ਨਹੀਂ ਹੈ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਜੋਸ਼ ਇਹਨਾਂ ਦੇ ਵਿੱਚ ਭਰਿਆ ਹੋਇਆ ਸੀਗਾ ਭਾਵੇਂ ਪੁਰਾਣਾ ਅਸੀਂ ਆਪਣਾ ਸੱਭਿਆਚਾਰ ਚੱਕ ਲਈਏ ਤਾਂ ਭਾਵੇਂ ਅੱਜ ਚੱਕ ਲਈਏ ਅੱਜ ਜਿਹੜਾ ਥੋੜ੍ਹਾ ਹੈ ਉਹ ਤਕਨੀਕ ਜ਼ਰੂਰ ਸਾਨੂੰ ਅੱਗੇ ਲੈ ਆਈ ਹੈ ਅਸੀਂ ਤਕਨੀਕ ਦੇ ਨਾਲ ਥੋੜ੍ਹਾ ਅੱਗੇ ਜ਼ਰੂਰ ਵੱਧ ਗਏ ਪਰ ਫਿਰ ਵੀ ਉਹ ਸਾਡੀਆਂ ਜੜ੍ਹਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸਾਡੇ ਸੱਭਿਆਚਾਰ ਦੇ ਨਾਲ ਹੀ ਜੁੜੀਆਂ ਹੋਈਆਂ ਨੇ ਤੀਆਂ ਦਾ ਤਿਉਹਾਰ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਦੀ ਇੱਕ ਰੁੱਖ ਦੇ ਥੱਲੇ ਇੱਕ ਸੱਥ ਦੇ ਵਿੱਚ ਤੀਆਂ ਮਨਾਈਆਂ ਜਾਂਦੀਆਂ ਸੀ ਅੱਜ ਵੱਡੀਆਂ ਗਰਾਊਂਡਾਂ ਦੇ ਵਿੱਚ ਜਿਹੜਾ ਹੈ ਉਹ ਤੀਆਂ ਨੇ ਆਪਣੀ ਥਾਂ ਬਣਾ ਲਈ ਹੈ ਤੁਸੀਂ ਦੇਖ ਸਕਦੇ ਹੋ ਕਿ ਆਸੇ ਪਾਸੇ ਕਿਸ ਕਦਰ ਜਿਹੜਾ ਹੈ ਉਹ ਵੱਡੇ ਉਤਸ਼ਾਹ ਦੇ ਨਾਲ ਜਿਹੜਾ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਸੋ ਉਮੀਦ ਕਰਦੇ ਹਾਂ ਕਿ ਸਾਡਾ ਵਿਰਸਾ ਸਾਡਾ ਸੱਭਿਆਚਾਰ ਇਸੇ ਤਰ੍ਹਾਂ ਜਿਹੜਾ ਹੈ ਅਮੀਰ ਹੁੰਦਾ ਜਾਵੇਗਾ ਅਤੇ ਇਹਦੀ ਜਿਹੜੀ ਚਮਕ ਹੈ ਉਹ ਇਸੇ ਤਰ੍ਹਾਂ ਬਰਕਰਾਰ ਰਹੇਗੀ ਅਤੇ ਦੇਸ਼ ਦੇ ਵਿੱਚ ਰਹੀਏ ਵਿਦੇਸ਼ ਦੇ ਵਿੱਚ ਰਹੀਏ ਜਿਹੜੀ ਮਰਜ਼ੀ ਧਰਤੀ 'ਤੇ ਰਹੀਏ ਸਾਡੇ ਸੱਭਿਆਚਾਰ ਦੇ ਨਾਲ ਅਸੀਂ ਹਮੇਸ਼ਾ ਹੀ ਜੁੜੇ ਰਹਾਂਗੇ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅਗਲੀ ਵਾਰ ਕਿਸੇ ਨਵੇਂ ਵਿਸ਼ੇ ਦੇ ਉੱਪਰ ਕਰਾਂਗੇ ਗੱਲਬਾਤ ਫਿਲਹਾਲ ਮੈਨੂੰ ਯਾਨੀ ਅੰਮ੍ਰਿਤ ਵਿਰਦੀ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ